ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪਿੰਡ ਸੋਢੀਆਂ ਆਏ ਹਾਂ ਅਤੇ ਅਸੀਂ ਪਹਿਲਾਂ ਵੀ ਆਏ ਸੀਗੇ, ਥੋੜ੍ਹੇ ਦਿਨ ਪਹਿਲਾਂ ਅਸੀਂ ਦੇਖ ਕੇ ਗਏ ਸੀ ਇਹਨਾਂ ਦੇ ਹਾਲਤ, ਜਿੱਦਾਂ ਭਾਈ ਸਾਹਿਬ ਜੀ ਦੀ ਲੱਤ ਪਤਾ ਨਹੀਂ ਕਿਸੇ ਐਕਸੀਡੈਂਟ ਵਿੱਚ ਘੱਟ ਹੋ ਗਈ ਸੀ। ਹਾਂਜੀ, ਅਤੇ ਇਹ ਇਹਨਾਂ ਦੇ ਵਾਈਫ ਆ ਅਤੇ ਇਹਨਾਂ ਦੇ ਪਿਤਾ ਜੀ ਅੰਦਰ ਬਿਮਾਰ ਆ, ਕੈਂਸਰ ਦੇ ਮਰੀਜ਼ ਆ। ਬਸ ਜੂਸ ਵਗੈਰਾ ਇੱਦਾਂ ਕੁਛ ਲਿਕੁਇਡ ਹੀ ਲੈਂਦੇ ਆ, ਖਾਣਾ ਪੀਣਾ ਕੁਛ ਨਹੀਂ ਖਾਂਦੇ। ਅਤੇ ਬਾਹਰੋਂ ਇਟਲੀ ਤੋਂ ਸਾਡੇ ਵੀਰਾਂ ਨੇ ਬਹੁਤ ਪਰਮਾਤਮਾ ਦੀ ਮਿਹਰ ਦੇ ਨਾਲ ਗੁਰੂ ਨਾਨਕ ਦੇਵ ਸਰਬੱਤ ਦਾ ਭਲਾ ਟਰੱਸਟ ਵੱਲੋਂ, ਚੈਰੀਟੇਬਲ ਟਰੱਸਟ ਵੱਲੋਂ ਉਹਨਾਂ ਨੇ, ਗੁਰੂ ਨਾਨਕ ਦੇਵ ਜੀ ਨੇ ਆਪ ਇਹਨਾਂ ਤੋਂ ਵੀਰਾਂ ਤੋਂ ਸੇਵਾ ਲਈ ਆ ਅਤੇ ਇਹਨਾਂ ਨੂੰ ਮਿਹਰ ਕਰਕੇ ਇਹ ਸੇਵਾ ਭੇਜੀ ਆ 20,000 ਰੁਪਈਆ, ਅਤੇ ਇਹਨਾਂ ਨੂੰ ਅਸੀਂ ਦੇਣਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਆ ਇਹਨਾਂ ਵੀਰਾਂ 'ਤੇ। ਬਾਕੀ ਜਿਹੜੇ ਵੀਰ ਸੇਵਾ ਕਰਦੇ ਆ, ਪਰਮਾਤਮਾ ਇਹਨਾਂ ਤੋਂ ਇੱਦਾਂ ਹੀ ਮਿਹਰ ਭਰਿਆ ਹੱਥ ਰੱਖੇ ਇਹਨਾਂ ਦੇ ਸਿਰ 'ਤੇ, ਇਹਨਾਂ ਤੋਂ ਇੱਦੀ ਸੇਵਾ ਲੈਂਦੇ ਰਹਿਣ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਸੱਚੇ ਪਾਤਸ਼ਾਹ ਇਹਨਾਂ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਤੁਸੀਂ ਮੇਰੇ ਭਾਈਆਂ ਭਰਾਵਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਜਿਹੜੇ ਇਟਲੀ ਵਿੱਚ ਬੈਠੇ ਮੇਰੇ ਭਾਈ ਅਤੇ ਭਰਾ ਭੈਣਾਂ, ਜਿਹੜੇ ਗਰੀਬਾਂ ਦੀ ਬਾਂਹ ਫੜਦੇ ਆ, ਮਦਦ ਕਰ ਰਹੇ ਆ, ਪਰਮਾਤਮਾ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ, ਦੁੱਖ ਉੱਥੋਂ ਦੂਰ ਰਹੇ, ਤੰਦਰੁਸਤ ਰੱਖੇ ਪਰਮਾਤਮਾ। ਜਿਹੜੇ ਮੇਰੇ ਭਰਾ ਅਤੇ ਭੈਣਾਂ ਇਟਲੀ ਵਿੱਚ ਬੈਠੇ ਆ, ਮਦਦ ਕਰ ਰਹੇ ਆ, ਗਰੀਬ ਬੰਦੇ ਦੀ ਬਾਂਹ ਫੜਦੇ ਆ, ਮਦਦ ਕਰ ਰਹੇ ਆ, ਪਰਮਾਤਮਾ ਭਲਾ ਕਰੇ। ਗੁਰੂ ਨਾਨਕ ਟਰੱਸਟ ਵਾਲਿਆਂ ਨੂੰ ਸਾਰੇ ਭਾਈਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਸਭ ਦੀ ਬਾਂਹ ਫੜੋ, ਜਿੱਦਾਂ ਮੇਰੀ ਬਾਂਹ ਫੜੀ ਤਾਂ ਸਭ ਦੀ ਬਾਂਹ ਫੜੋ, ਤੂੰ ਦਿਲ ਹੱਸਾਓ। ਹਾਂ, ਇਹਨਾਂ ਦੇ ਪਿਤਾ ਜੀ ਵੀ ਇੱਥੇ ਬੈੱਡ 'ਤੇ ਆ, ਨਹੀਂ ਉੱਠ ਸਕਦੇ, ਬੈੱਡ 'ਤੇ ਆ ਤਾਂ ਬੱਚਾ ਸੁੱਤਾ ਪਿਆ ਸੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਭੇਜੀ ਆ, ਤਾਂ ਪੂਰੇ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।